ਬਾੜੇਵਾਲ ਇਲਾਕੇ ਦੇ ਵਿੱਚ ਲੁਧਿਆਣੇ ਦੇ ਵਿੱਚ ਜਿਹੜਾ ਨੌਜਵਾਨ ਦੇ ਕਤਲ ਦਾ ਮਾਮਲਾ ਪੁਲਿਸ ਵੱਲੋਂ ਸੁਲਝਾ ਲਿਆ ਗਿਆ। ਦੱਸ ਦਈਏ ਕਿ ਲੁਧਿਆਣਾ ਦੇ ਬਾੜੇਵਾਲ ਇਲਾਕੇ ਦੇ ਵਿੱਚ ਇੱਕ ਨੌਜਵਾਨ ਦੇ ਕਤਲ ਮਾਮਲੇ ਨੂੰ ਸੁਲਝਾਉਂਦੇ ਹੋਏ ਪੁਲਿਸ ਨੇ ਇੱਕ ਨਾਬਾਲਗ ਸਣੇ ਕੁੱਲ 3 ਆਰੋਪੀਆਂ ਨੂੰ ਗ੍ਰਿਫਤਾਰ ਕੀਤਾ। ਇਸ ਸੰਬੰਧੀ ACP ਵੈਸਟ ਗੁਰਪ੍ਰੀਤ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਮਾਮਲੇ ਦੇ ਵਿੱਚ ਇੱਕ ਲੜਕੀ ਦੀ ਸ਼ਮੂਲੀਅਤ ਵੀ ਸਾਹਮਣੇ ਆਈ ਹੈ। ਹਾਲਾਂਕਿ ਹੱਤਿਆ ਦੇ ਕਾਰਨਾਂ ਦਾ ਹਲੇ ਖੁਲਾਸਾ ਨਹੀਂ ਹੋਇਆ। ਕਤਲ ਨੂੰ ਤੇਜ਼ਧਾਰ ਹਥਿਆਰ ਨਾਲ ਅੰਜਾਮ ਦਿੱਤਾ ਗਿਆ ਸੀ। ਮਾਮਲੇ ਦੇ ਵਿੱਚ ਇੱਕ ਨਾਬਾਲਗ ਸਣੇ ਕੁੱਲ 3 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਿਤਨੇ ਹਮਾਰੇ ਨਾ ਅਫਸਰ ਹੈ ਯਹਾਂ ਪੇ, ਮੈਂ ਨਾਮ ਤਾਂ ਨਹੀਂ ਜਾਣਦੇ, SHO ਸਾਹਿਬ ਕੇ ਸਭ ਕੇ ਮੈਂ ਧੰਨਵਾਦ ਕਰਤੀ ਹੂੰ, ਬਹੁਤ ਬਹੁਤ ਧੰਨਵਾਦ ਕਰਤੀ ਹੂੰ ਜੋ ਮੇਰਾ ਕਾਤਿਲ ਬੇਟੇ ਕੋ ਕਾਤਿਲ ਕੇ ਪਕੜ ਕੇ ਲਾਇਆ, ਉਨਕੇ ਮੈਂ ਇਤਨਾ ਸ਼ੁਕਰ ਹੈ ਕਰਤੀ ਹੂੰ, ਜਿਤਨੇ ਮੈਂ ਧੰਨਵਾਦ ਉਤਨੇ ਮੇਰੇ ਲਈ ਉਨਕੇ ਲਈ ਮੇਰੇ ਲਈ ਥੋੜ੍ਹਾ ਹੈ, ਮੈਂ ਸਾਰਾ ਜ਼ਿੰਦਗੀ ਉਨਕੇ ਲਈ ਧੰਨਵਾਦ ਕਰੂੰਗਾ, ਮੇਰੇ ਬੱਚੇ ਕੋ ਕਾਤਿਲ ਪਰ ਕੇ ਲਾਇਆ, ਹੋਰ ਮੈਂ ਕੀ ਬੋਲਾਂ। ਇਹ ਕਾਰਨ ਕੀ ਆਤਾ ਜੀ? ਕਾਰਨ ਕੁਛ ਨਹੀਂ ਤਾ, ਮੇਰੇ ਬੇਟੇ ਸੁੱਤਾ ਪਰ ਤਾਂ ਪਹਿਲੇ ਇੱਕ ਛੋਟਾ ਮੁੰਡਾ ਹੈ ਨਾ, ਉਹ ਆਇਆ ਕਹਿਤਾ ਵਿਕਾਸ ਬਾਹਰ ਚੱਲ, ਤਾਂ ਬੋਲਾ ਮੈਂ ਨਹੀਂ ਜਾਊਂਗੀ, ਫਿਰ ਗੁੱਲੂ ਕਾਲਜ ਚੱਲ, ਮੇਰਾ ਮੰਮੀ ਬਿਮਾਰ ਹੈ ਅਤੇ ਰਘੁਨਾਥ ਹੋਸਪਿਟਲ ਲੈ ਕੇ ਜਾਣਾ। ਤਾਂ ਮੇਰਾ ਮੁੰਡਾ ਆਇਆ, ਕਹਿੰਦਾ ਜੈਸਾ ਤੇਰਾ ਮਾਂ ਵੈਸਾ ਮੇਰਾ ਮਾਂ, ਮੈਂ ਚਲਤੀ ਹੂੰ। ਫਿਰ ਆਇਆ ਨਾ ਤਾਂ ਨਹੀਂ ਆਤਾ, ਜਿਤਨੇ ਟੀਮ ਹਮਾਰੇ ਬੱਚੋਂ ਕੇ ਲੈਣੇ ਗਏ ਉਨਕੇ ਬਹੁਤ ਬਹੁਤ ਧੰਨਵਾਦ ਕਰਤੀ ਹੂੰ, ਮੈਂ SHO ਸਾਹਿਬ ਕੇ ਸਭ ਕੋ ਮੈਂ ਧੰਨਵਾਦ ਕਰਤੀ ਹੂੰ, ਬਹੁਤ ਬਹੁਤ। ਕਤਲ ਇਹ ਬੇਟਾ ਜੀ ਲੜਕੀ ਦਾ ਹੀ ਮਸਲਾ ਸੀਗਾ, ਲੜਕੀ ਦੇ ਮਸਲੇ ਦੇ ਨਾਲ ਹੀ ਸਾਰਾ ਕੁਛ ਹੋਇਆ। ਲੜਕਾ ਮਤਲਬ ਕੁੜੀ ਦੇ ਨਾਲ ਸੀਗੀ ਗੱਲਬਾਤ, ਅਤੇ ਇਸ ਕਰਕੇ ਉਹ ਦੂਜੇ ਮੁੰਡੇ ਵੀ ਚਿੜਦੇ ਸੀਗੇ ਵੀ ਸਾਡੇ ਨਾਲ ਗੱਲਬਾਤ ਕਰੇ ਵੀ ਇਹਦੇ ਨਾਲ ਨਾ ਕਰੇ। ਉਹ ਇਹਨਾਂ ਨੇ ਕਿਤੇ 3 ਸਾਲ ਦਾ ਟਾਈਮ ਟੂਮ ਲੈ ਲਿਆ, ਕੁੜੀ ਦੀ ਉਮਰ ਛੋਟੀ ਸੀ, 17 ਸਾਲ ਦੀ ਉਮਰ ਸੀਗੀ। ਉਹ ਕਹਿੰਦੇ ਵੀ ਅਸੀਂ 3 ਸਾਲ ਬਾਅਦ ਅਸੀਂ ਵੀ ਕਰ ਦਿਆਂਗੇ। ਇਹ ਮੁੰਡੇ ਕਹਿੰਦੇ ਵੀ ਜੇ 3 ਸਾਲ ਜਾਊਂਗਾ ਤਾਂ ਹੀ ਵਿਆਹ ਕਰਾਊਗਾ, ਵੀ 3 ਸਾਲ ਦਾ ਅਸੀਂ ਤਾਂ ਪਹਿਲਾਂ ਹੀ ਇਹਦਾ ਭੋਗ ਪਾ ਦੇਣਾ। ਬਾਕੀ ਗੱਲ ਇਹ ਹੈ ਵੀ ਜਿਹੜਾ ਪੁਲਿਸ ਮੁਲਾਜ਼ਮ ਸਾਰੇ SHO ਸਾਰੇ DSP ਸਾਰੇ ਆਪਣਾ ਰਘੁਨਾਥ ਚੌਂਕੀ ਇੰਚਾਰਜ ਸਾਰਿਆਂ ਨੇ ਬੜੀ ਹਿੰਮਤ ਦੇ ਨਾਲ ਫੁਰਤੀ ਦੇ ਨਾਲ ਇਹਨਾਂ ਨੇ ਬੜੀ ਆਪਣਾ ਫੜੇ ਬੰਦੇ, ਪਾਰਟੀਆਂ ਲਾਈਆਂ ਅਲੱਗ ਅਲੱਗ, ਅਤੇ ਉਹਨਾਂ ਚੱਕਰ ਟੇਕੇ ਨਹੀਂ ਜਿੰਨਾ ਚੱਕਰ ਫੜੇ ਨਹੀਂ ਗਏ। ਇਹਨਾਂ ਨੇ ਫੜ ਕੇ ਬੜੀ ਸੋਹਣਾ ਬਹੁਤ ਵਧੀਆ ਕੰਮ ਕੀਤਾ, ਇਹਨਾਂ ਕਤਲਿਆਂ ਨੂੰ ਫੜ ਕੇ ਲਿਆੜਾ ਲਿਆਂਦਾ ਸੀ, ਇੰਨੀ ਇਹਨਾਂ ਦੀ ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ਾਬਾਸ਼ ਦਿੰਦੇ ਹਾਂ। ਇੱਕ ਮਰਡਰ ਹੋਇਆ ਸੀਗਾ ਜਿਸਦਾ ਨਾਮ ਵਿਕਾਸ ਕੁਮਾਰ ਸੀਗਾ, ਇਹਨਾਂ ਦਾ ਡਿਸਪਿਊਟ ਇੱਕ ਲੜਕੀ ਦੇ ਕਾਰਨ ਕਰਕੇ ਹੋਇਆ ਸੀ, ਜਿਸ ਕਾਰਨ ਇਹਨਾਂ ਨੇ ਉਸ ਲੜਕੀ ਦਾ ਕਰਕੇ ਇਹਦੇ ਉਹਨਾਂ ਨੇ ਮਰਡਰ ਕੀਤਾ। ਅਸੀਂ ਰਜਿਸਟਰ ਅੰਡਰ ਸੈਕਸ਼ਨ 60302 FI ਨੰਬਰ 63 ਆਪਾਂ ਰਜਿਸਟਰ ਕੀਤਾ ਸੀਗਾ ਪੁਲਿਸ ਸਟੇਸ਼ਨ ਸਰਾਭਾ ਨਗਰ। ਸਾਡੀ ਪੁਲਿਸ ਨੇ ਵਿਦਇਨ 48 ਆਵਰਸ ਇਸ ਨੂੰ ਅਰੈਸਟ ਕਰ ਲਏ ਨੇ। ਅਸੀਂ 3 ਅਕਿਊਜ ਅਰੈਸਟ ਕੀਤੇ ਨੇ, ਜਿਨ੍ਹਾਂ ਵਿੱਚੋਂ ਇੱਕ ਮਾਈਨਰ ਹੈਗਾ। ਜਿਹੜੇ ਅਰੈਸਟ ਕੀਤੇ ਨੇ ਇੱਕ ਸੂਰਜ ਕੁਮਾਰ ਹੈ, ਇੱਕ ਮਨੋਜ ਕੁਮਾਰ ਹੈ। ਨਹੀਂ, ਇੱਦਾਂ ਦੀ ਗੱਲ ਕੋਈ ਸਾਹਮਣੇ ਨਹੀਂ ਆਈ, ਸਿਰਫ ਲੜਕੀ ਰੀਜ਼ਨ ਬਣੀ ਹੈ ਜਿਹਦੇ ਪਿੱਛੇ ਇਹ ਲੜੇ ਹੈਗੇ ਨੇ, ਇਹਨਾਂ ਨੇ ਮਰਡਰ ਕੀਤਾ ਉਸਦਾ। ਕਿੱਦਾਂ ਪਲਾਨਿੰਗ ਕੀਤੀ, ਕਿੱਦਾਂ ਉਹਨੂੰ ਲੈ ਗਏ? ਇਟ ਇਜ਼ ਅ ਪਾਰਟ ਆਫ ਇਨਵੈਸਟੀਗੇਸ਼ਨ, ਬਾਕੀ ਇਨਵੈਸਟੀਗੇਸ਼ਨ ਦਾ। ਹਾਂਜੀ, ਬੈਕਗਰਾਊਂਡ ਇਹ ਮਾਈਗਰੈਂਟ ਨੇ, ਇਹ ਚਾਰੋਂ ਜਿਹੜੇ ਮਾਈਗਰੈਂਟ ਨੇ ਜਿਹੜੇ ਇੱਥੇ ਲੋਕਲ ਲੁਧਿਆਣਾ ਰਹਿ ਰਹੇ ਸੀਗੇ। ਕਿੰਨੀ ਉਮਰ ਅਸੀਂ ਕਰੀਬ 25-30 ਦੇ ਵਿੱਚ ਨੇ।
ਲੁਧਿਆਣਾ ਲਾਈਵ ਲਈ ਹਨੀ ਦੀ ਰਿਪੋਰਟ।